ਜੀ ਆਪਣਾ ਨਾਮ ਦੱਸ ਕੇ ਜੀ ਕੀ ਗੱਲ ਹੋਈ ਹੈ ਜੀ ਜਿਹੜਾ ਇਹ ਲੜਦੇ ਸ਼ੌਹਰਾ ਉਹਨਾਂ ਨੇ ਮਾਰ ਦਿੱਤਾ ਗੱਲ ਘੁੱਟ ਕੇ ਮਾਰ ਦਿੱਤਾ ਜੇਠ ਹੋਰੇ ਹੀ ਨਹੀਂ ਜੇਠ ਹੋਰਾ ਗੱਲ ਦਾ ਮੈਂ ਵੇਖਦਾ ਪਿਆ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਸਰ ਜਿਹੜਾ ਮਾਮਲਾ ਹੈ ਕੁੜੀ ਨੂੰ ਫਾਹ ਦੇ ਕੇ ਮਾਰਿਆ ਗਿਆ ਥਾਣੇ ਝਬਾਹ ਦੇ ਵਿੱਚ ਪਿੰਡ ਪੈਂਦਾ ਜੀ ਠੱਠਗੜ੍ਹ ਉੱਥੇ ਗੁਰਬਖਸ਼ ਸਿੰਘ ਸਾਨੂੰ ਜੋਗਿੰਦਰ ਸਿੰਘ ਵਾਸੀ ਰਾਜਾ ਸਾਹਿਬ ਸੀ ਇਹਨਾਂ ਦੀ ਲੜਕੀ ਰਾਣੀ ਅਰਸਾ ਕਰੀਬ 4 ਸਾਲ ਪਹਿਲਾਂ ਕਿਰਪਾਲ ਸਿੰਘ ਨਾਲ ਸ਼ਾਦੀਸ਼ੁਦਾ ਸੀ ਜੋ ਸ਼ਾਦੀ ਤੋਂ ਬਾਅਦ ਸ਼ਾਦੀ ਤੋਂ ਪਹਿਲਾਂ ਇਹਨਾਂ ਨੇ ਆਪਣੀ ਹੈਸੀਅਤ ਮੁਤਾਬਕ ਕਾਫੀ ਦਾਜ ਦੇਜ ਦਿੱਤਾ ਸੀਗਾ ਪਰ ਫਿਰ ਵੀ ਇਹ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਉਹ ਲੜਕੀ ਨੇ ਇਸ ਸੰਬੰਧੀ ਕਈ ਵਾਰ ਆਪਣੇ ਪੇਕੇ ਪਰਿਵਾਰ ਨੂੰ ਆ ਕੇ ਦੱਸਿਆ ਸੀ ਅਤੇ ਹੁਣ ਜਿਹੜੇ ਫਿਰ ਲੜਕੀ ਤੋਂ ਕਹਿੰਦੇ ਸੀ ਵੀ ਹੁਣ ਸਾਨੂੰ ਸਵਿਫਟ ਕਾਰ ਜਿਹੜੀ ਹੈ ਉਹ ਲਿਆ ਕੇ ਦਿਓ ਪਰ ਲੜਕੀ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਅਤੇ ਉਹ ਨਹੀਂ ਲਿਆ ਕੇ ਦਿੰਦਾ ਅਤੇ ਨਹੀਂ ਲੈ ਕੇ ਦਿੰਦੇ ਸੀਗੇ ਇਸ ਕਰਕੇ ਉਹਨਾਂ ਨੇ ਕਈ ਵਾਰ ਲੜਕੀ ਨੂੰ ਸਮਝਾ ਕੇ ਉਹਦੇ ਸਹੁਰੇ ਪਰਿਵਾਰ ਭੇਜਿਆ ਸੀ ਪਰ ਫਿਰ ਵੀ ਉਹ ਤੰਗ ਪਰੇਸ਼ਾਨ ਕਰਨ ਤੋਂ ਬਾਜ ਨਹੀਂ ਆਏ ਅਤੇ ਕੱਲ੍ਹ ਜਿਹੜਾ ਇਹਨਾਂ ਨੇ ਲੜਕੀ ਨੂੰ ਜਿਹੜਾ ਵਾ ਉੱਥੇ ਪਿੰਡ ਠੱਠਗੜ੍ਹੀ ਉਹਦੇ ਗਲ ਦੇ ਵਿੱਚ ਕੋਈ ਚੀਜ਼ ਪਾ ਕੇ ਉਹਨੂੰ ਕਾਹ ਦੇ ਕੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਮਾਰ ਦਿੱਤਾ ਉਹਦੀ ਜਿਹੜੀ ਡੈੱਡ ਬੋਡੀ ਜਿਹੜੀ ਉੱਥੇ ਹਸਪਤਾਲ 'ਚ ਪਈ ਹੈ ਅਤੇ ਕਾਰਵਾਈ ਜਿਹੜੀ ਕਰ ਰਹੇ ਹਾਂ 304 ਵੀ FIR ਲੌਂਚ ਕਰ ਰਹੇ ਆਈ ਪੀ ਸੀ ਦੀ ਅਤੇ ਦੋਸ਼ੀਆਂ ਦੀ ਜਿਹੜੀ ਛਾਪੇਮਾਰੀ ਕੀਤੀ ਗਈ ਠੀਕ ਹੈ ਸਰ ਭੈਣ ਜੀ ਆਪਣਾ ਨਾਮ ਦੱਸ ਕੇ ਜੀ ਕੀ ਗੱਲ ਹੋਈ ਹੈ ਜੀ ਜਿਹੜਾ ਇਹ ਬਸ ਉਹ ਲੜਦੇ ਸ਼ੌਹਰਾ ਉਹਨਾਂ ਨੇ ਮਾਰ ਦਿੱਤਾ ਗੱਲ ਘੁੱਟ ਕੇ ਮਾਰ ਦਿੱਤਾ ਜੇਠ ਹੋਰੇ ਹੀ ਨਹੀਂ ਜੇਠ ਹੋਰਾ ਗੱਲ ਦਾ ਕਾਹਦੀ ਗੱਲੋਂ ਮਾਰਿਆ ਜੀ ਇਹ ਮੈਨੂੰ ਬਸ ਇਹੋ ਹੀ ਕਦੀ ਕੁਛ ਮੰਗਦੇ ਕਦੀ ਕੁਛ ਆਉਂਦੇ ਕਦੀ ਕੁਛ ਚੀਜ਼ ਲੈ ਦੇਣੀ ਮੈਂ ਕਦੀ ਕੁਛ ਲੈ ਦੇਣੀ ਫਿਰ ਵੀ ਖੀਰਦੇ ਉਹਨਾਂ ਨੇ ਕੁੜੀ ਮਾਰ ਦਿੱਤੀ ਕੀ ਕਾਰਨ ਰਿਹਾ ਜੀ ਕੁੜੀ ਨੂੰ ਜਿਹੜਾ ਮਾਰਨ ਦਾ ਦੂਜੀ ਗਲਤ ਗੱਲ ਮੈਂ ਵੀ ਉਹਦੀ ਗੱਲਬਾਤ ਹੋਈ ਉਹਦੀ ਵੱਡੀ ਭਰਜਾਈ ਕਰੀ ਉਹਦੀ ਭਰਜਾਈ ਨਾਲ ਰਹਿੰਦੀ ਤਾਂ ਮੈਂ ਦੇਖ ਲਿਆ ਉਹਨੇ ਆਪਣੇ ਮੁੰਡੇ ਦੇਖ ਲਿਆ ਕਿ ਇਹਨਾਂ ਨੂੰ ਅੱਜ ਤੋਂ ਜਿਹੜਾ ਸਾਹ ਦੇ ਕਰ ਮਾਰ ਤਾਂ ਪੁਲਿਸ ਵੱਲੋਂ ਕੀ ਕੰਪਲੇਂਟ ਕੀਤੀ ਗਈ ਉਹਨਾਂ ਨੇ ਵੀ ਕੀਤੀ ਉਹਨਾਂ ਨੂੰ ਕੋਈ ਵੀ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨਹੀਨਤਾ ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੋਤਨ ਜਾਂ ਦੁਸ਼ਮਨ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀਰਾਮ ਜੀ ਅੱਜ ਹੀ ਫੋਨ ਕਰੋ